ਐਵੇਂ ਪਾਕ ਦੀ ਤਾਲੀਮ ਨਾ ਸਿਰਫ ਦਿੱਤੀ ਜਾਂਦੀ ਬਲਕਿ ਜਿਹੜਾ ਬੰਦਾ ਕੁਰਾਨ ਪਾਕ ਖਤਮ ਕਰਦਾ ਉਹਨੂੰ 3 ਮਹੀਨੇ ਉਹਦੀ ਕੈਦ ਵਿੱਚ ਮਾਫੀ, ਅੱਛਾ ਜਿਹੜਾ ਕੁਰਾਨ ਪਾਕ ਹਿਫਜ਼ ਕਰਦਾ ਉਹਦੀ ਕੈਦ ਵਿੱਚ 2 ਸਾਲ ਦੀ ਮਾਫੀ। ਤੇ ਜਿਹੜਾ ਕੈਦੀ ਕੋਈ ਪੜ੍ਹਨਾ ਚਾਹੇ, ਕੋਈ ਮੈਟ੍ਰਿਕ ਫੇ ਬੀਏ ਕਰਨਾ ਚਾਹੇ, ਅਸੀਂ ਉਹਦੇ ਵਾਸਤੇ ਸਾਡੇ ਕੋਲ ਟੀਚਰ ਮੌਜੂਦ ਹੈ, ਪਬਲਿਕ ਸਰਵਿਸ ਕਮਿਸ਼ਨ ਦੇ ਥਰੂ ਅਸੀਂ ਟੀਚਰ ਰਿਕਰੂਟ ਕਰਨੇ ਆ, ਔਰ ਅਗਰ ਕੋਈ ਬੰਦਾ ਬਾਹਰੋਂ ਪੜ੍ਹਦਾ ਆ ਰਿਹਾ ਜੇਲ੍ਹ 'ਚ ਆ ਗਿਆ ਤੇ ਉਹਦੀ ਪੜ੍ਹਾਈ ਨੂੰ ਅਸੀਂ ਕੰਟੀਨਿਊ ਕਰਨ ਦਾ ਪੂਰਾ ਬੰਦੋਬਸਤ ਕਰਨੇ ਆ। ਠੀਕ, ਔਰ ਜਿਹੜੇ ਨਹੀਂ ਪੜ੍ਹੇ ਉਹਨਾਂ ਵਾਸਤੇ ਬੇਸਿਕ ਜਿਹੜੀ ਲਿਟਰੇਸੀ ਹੈ ਉਹਦਾ ਪ੍ਰੋਗਰਾਮ ਮੌਜੂਦ ਹੈ, ਔਰ ਖਾਸ ਤੌਰ ਤੇ ਮੈਂ ਜਿਵੇਂ ਦੱਸ ਰਿਹਾ ਤੁਹਾਨੂੰ ਕਿ ਤਲੀਮੁਲ ਕੁਰਾਨ ਦੇ ਕੋਰਸਿਸ ਨੇ, ਨਾਜ਼ਰਾ ਕੁਰਾਨ ਦੇ ਕੋਰਸਿਸ ਨੇ, ਤਰਜਮਾ ਕੁਰਾਨ ਦੇ ਕੋਰਸਿਸ ਨੇ, ਔਰ ਹਰ ਕੋਰਸ ਦੇ ਨਾਲ ਮਾਫੀ ਦਿੱਤੀ ਜਾਂਦੀ ਹੈ ਕੈਦ ਵਿੱਚ ਤਾਂ ਕਿ ਇੱਕ ਇਨਸੈਂਟਿਵ ਵੀ ਮਿਲੇ। ਠੀਕ, ਇਸ ਤੋਂ ਇਲਾਵਾ ਜਿਹੜਾ ਹੁਣ ਨਵਾਂ ਇਨੀਸ਼ੀਏਟਿਵ 2 ਸਾਲ ਪਹਿਲੇ ਤੋਂ ਅਸੀਂ ਸ਼ੁਰੂ ਕੀਤਾ ਹੈ ਪੰਜਾਬ ਦੀਆਂ 15 ਜੇਲ੍ਹਾਂ 'ਚ, ਔਰ ਇਸ ਸਾਲ ਅਸੀਂ ਮਜ਼ੀਦ ਉਹਦੇ 'ਚ 10 ਜੇਲ੍ਹਾਂ ਐਡ ਕਰਦੇ ਹਾਂ। ਠੀਕ, ਉਹ ਇਹ ਵੀ ਕਿ ਇਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਏ, ਇਹਨਾਂ ਨੂੰ ਕੋਈ ਐਸਾ ਹੁਨਰ ਸਿਖਾਇਆ ਜਾਏ ਕਿ ਜਿਹੜਾ ਇਹ